ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਜਦੋਂ ਪੰਜਾਬੀ ਸੂਬੇ ਦੀ ਵੰਡ ਹੋਈ ਸੀ, ਪੰਜਾਬ ਹਰਿਆਣਾ ਹਿਮਾਚਲ ਬਣਾਇਆ ਗਿਆ ਸੀ, ਤਾਂ ਉਦੋਂ ਚੰਡੀਗੜ੍ਹ ਜਾਣ ਬੁੱਝ ਕੇ ਹਰਿਆਣਾ ਅਤੇ ਪੰਜਾਬ ਦੇ ਵਿੱਚ ਫਸਾ ਦਿੱਤਾ ਗਿਆ ਅਤੇ ਉਸ ਸਮੇਂ ਦੇ ਆਗੂਆਂ ਨੂੰ ਇਹ ਕਹਿ ਕੇ ਸੰਤੁਸ਼ਟੀ ਦੇ ਦਿੱਤੀ ਗਈ ਕਿ 60% ਚੰਡੀਗੜ੍ਹ ਅਤੇ ਅਧਿਕਾਰ ਪੰਜਾਬ ਦਾ ਰਹੇਗਾ ਅਤੇ 40% ਅਧਿਕਾਰ ਹਰਿਆਣੇ ਦਾ। ਪਰ ਹੁਣ ਸੈਂਟਰ ਵੱਲੋਂ ਇੱਕ ਨਵਾਂ ਫਤਵਾ ਜਾਰੀ ਕੀਤਾ ਗਿਆ ਹੈ, ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਚੰਡੀਗੜ੍ਹ ਨੂੰ 50-50% ਦੇ ਉੱਤੇ ਸ਼ੇਅਰ ਕੀਤਾ ਜਾਏਗਾ। ਮਤਲਬ ਚੰਡੀਗੜ੍ਹ ਦੇ ਵਿੱਚ 60% ਜੋ ਕਾਰੋਬਾਰ ਹੈ, ਨੌਕਰੀਆਂ ਨੇ, ਸਾਰਿਆਂ ਦੇ ਵਿੱਚ 50-50% ਦਾ ਹਿੱਸੇਦਾਰ ਹੁਣ ਹਰਿਆਣਾ ਰਹੇਗਾ। ਇਸ ਸਾਰੇ ਮਸਲੇ ਉੱਤੇ ਸਿਮਰਜੀਤ ਸਿੰਘ ਬੈਂਸ ਨੇ ਸਾਫ਼ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੈਂਸ ਸਾਹਿਬ, ਚੰਡੀਗੜ੍ਹ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋਇਆ, ਕੈਪਟਨ ਅਮਰਿੰਦਰ ਸਿੰਘ ਵੀ ਅੱਜ ਦਿੱਲੀ ਜਾ ਰਹੇ ਨੇ, ਕਿਸ ਨਜ਼ਰ ਨਾਲ ਦੇਖਦੇ ਹੋ ਤੁਸੀਂ, ਕੀ ਕਹਿਣਾ ਚਾਹੋਗੇ? ਮੈਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਨੌਟੰਕੀ ਇਹਨੂੰ ਕਹੂੰਗਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਨੂੰ ਜਿਹੜਾ ਪੂਰਨ ਕੇਂਦਰ ਸ਼ਾਸਿਤ ਸਟੇ ਆਪਣਾ ਸ਼ਹਿਰ ਬਣਾਉਣ ਦਾ ਦਰਜਾ ਦੇਣ ਦਾ ਕੇਂਦਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ। ਕੈਪਟਨ ਅਮਰਿੰਦਰ ਸਿੰਘ ਕੋਲ ਖੁਦ ਪਾਵਰ ਆ, ਮੁੱਖ ਮੰਤਰੀ ਆ, ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦਣ ਨੁਸਖਾ ਉਹਨਾਂ ਨੂੰ ਮੈਂ ਮਿਲ ਕੇ ਦੱਸ ਕੇ ਆਇਆ। ਕੈਪਟਨ ਅਮਰਿੰਦਰ ਸਿੰਘ, ਅਸੀਂ 22 MLA ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲ ਕਰਨ ਹਿੱਤ ਧਰਨੇ 'ਤੇ ਬਹਿ ਗਏ। ਮੁੱਖ ਮੰਤਰੀ ਸਾਹਿਬ ਦਾ OSP ਆ ਕੇ ਸਾਨੂੰ ਧਰਨੇ ਤੋਂ ਲੈ ਗਏ, ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ। ਮੀਟਿੰਗ ਹੋ ਗਈ, ਕਨਵਿੰਸ ਹੋ ਗਏ ਕੈਪਟਨ ਅਮਰਿੰਦਰ ਸਿੰਘ ਮੇਰੀਆਂ ਗੱਲਾਂ, ਮੰਨ ਗਏ ਵੀ ਹਾਂ ਇਹ ਤੇਰੀ ਗੱਲ ਬਿਲਕੁਲ ਵਾਜਬ ਅਤੇ ਦਰੁਸਤ ਆ, ਕਾਨੂੰਨ ਗੱਲ ਹੈ। 1966 ਦਾ ਪੁਨਰਗਠਨ ਐਕਟ ਅਤੇ ਉਹਦੀ ਧਾਰਾ 78-79-83 ਅਤੇ ਦੂਜੇ ਪਾਸੇ ਜਦੋਂ ਭਾਰਤੀ ਸੰਵਿਧਾਨ ਦੀ ਗੱਲ ਆਉਂਦੀ ਹੈ ਨਾ, ਭਾਰਤੀ ਸੰਵਿਧਾਨ ਫੈਡਰਲ ਸਿਸਟਮ ਭਾਰਤ ਦਾ ਸ਼ਕਤੀਆਂ ਦੀ ਵੰਡ ਕਰਦਾ, ਕੇਂਦਰ ਦੀਆਂ ਕਿਹੜੀਆਂ ਸ਼ਕਤੀਆਂ, ਰਾਜਾਂ ਦੀਆਂ ਕਿਹੜੀਆਂ ਸ਼ਕਤੀਆਂ। ਜੇ ਕੇਂਦਰ ਰਾਜਾਂ ਦੀਆਂ ਸ਼ਕਤੀਆਂ ਮਿਸਯੂਜ਼ ਕਰੇਗਾ ਗੈਰ ਸੰਵਿਧਾਨਕ ਤਰੀਕੇ ਦੇ ਨਾਲ, ਅਤੇ ਉਹ ਟੋਲਰੇਟ ਨਹੀਂ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਤ ਰੂਪ ਦੇ ਵਿੱਚ ਸਪੀਕਰ ਸਾਹਿਬ ਨੂੰ ਮਤਾ ਇੱਕ ਪ੍ਰਾਈਵੇਟ ਮੈਂਬਰ ਬਿੱਲ ਡੈਰੀ 2 ਵਾਰੀ ਕਰਾ ਚੁੱਕਿਆ ਕਿ ਅੱਜ ਵੀ ਸਾਡੇ ਕੋਲ ਇੱਕ ਨੁਸਖਾ ਹੈਗਾ ਜਿਹਦੇ ਕਰਕੇ ਅਸੀਂ ਚੰਡੀਗੜ੍ਹ ਪੰਜਾਬੀ ਇਲਾਕੇ ਐਂਡ ਪੰਜਾਬ ਦੇ ਪਾਣੀ SYL ਦਾ ਮੁੱਦਾ ਅੱਜ ਵੀ ਅਸੀਂ ਕਾਨੂੰਨ ਦੇ ਰਸਤੇ ਜਾ ਕੇ ਹੱਲ ਕਰਦੇ। ਕੈਪਟਨ ਅਮਰਿੰਦਰ ਸਿੰਘ ਦਿੱਲੀ ਕੀ ਕਰਨ ਚੱਲੇ ਆ? ਉਹ ਇਸ ਕਰਕੇ ਚੱਲਿਆ ਵੀ ਆਈ ਵਾਸ਼ ਕਰਦੇ ਆ, ਲੋਕਾਂ ਦੇ ਵਿੱਚ ਮੈਂ ਹੀਰੋ ਬਣਿਆ ਰਹਾਂ, ਅਸਲੀਅਤ ਵਾਲੇ ਪਾਸੇ ਨਹੀਂ ਜਾਂਦੇ। ਬੁਲਾਉਣ, ਤੁਰੰਤ ਹੰਗਾਮੀ ਸੈਸ਼ਨ ਸੱਦਣ, ਹੰਗਾਮੀ ਸੈਸ਼ਨ ਸੱਦ ਕੇ ਜਿਹੜੀ ਗੱਲ ਤੁਹਾਨੂੰ ਮੈਂ ਕਹੀ, ਜਿਹੜੀਆਂ ਗੈਰ ਕਾਨੂੰਨ ਗੈਰ ਸੰਵਿਧਾਨਕ ਧਾਰਾਵਾਂ ਨੇ ਉਹਨਾਂ ਦਾ ਭੋਗ ਪਾ ਕੇ ਰਾਸ਼ਟਰਪਤੀ ਕੋਲ ਭੇਜਣ, ਫਿਰ ਰਾਸ਼ਟਰਪਤੀ ਜੀ ਨੂੰ ਕਹਿਣ ਵੀ ਹੁਣ ਇਹਦੇ 'ਤੇ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਸੁਪਰੀਮ ਕੋਰਟ ਤੋਂ ਲਓ। ਅਤੇ ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਰੁੱਖ ਕੀ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਤੌਰ 'ਤੇ ਇਨਕਾਰ ਕੀਤਾ, ਕਿਹਾ ਕਿ ਕੇਂਦਰ ਦੇ ਅਜਿਹੇ ਫੈਸਲੇ ਅਸੀਂ ਨਹੀਂ ਮੰਨਦੇ। ਚੰਡੀਗੜ੍ਹ ਕਿਉਂਕਿ ਕੈਪੀਟਲ ਦੀ ਡਿਵੀਜ਼ਨ ਹੋਣੀ ਸੀ, ਇਟ ਵਾਜ਼ ਡਿਸਾਈਡਿਡ ਕਿ ਜਿਹੜੇ ਵੀ ਉਸਨੂੰ ਮੈਨ ਕਰਨਗੇ ਸਾਡੇ ਲੋਕ ਹੋਣਗੇ, ਵੈਦਰ ਦੇ ਬਿਊਰੋਕਰੈਟਸ ਔਰ ਦ ਪੁਲਿਸ ਔਰ ਐਨੀ ਅਦਰ ਸੈਕਸ਼ਨ, 60 ਹੋਣਗੇ ਪੰਜਾਬ ਦੇ, 40 ਹੋਣਗੇ ਹਰਿਆਣੇ ਦੇ। ਆ ਨਵਾਂ ਢਾਂਚਾ ਜਿਹੜਾ ਇਹਨਾਂ ਨੇ ਬਣਾਤਾ ਕਿ ਬਾਹਰੋਂ ਲਿਆ ਕੇ ਕੋਈ ਹੋਰ ਕਾਡਰ ਕਰ ਦਿਓ, ਵੀ ਟੋਟਲੀ ਰਿਜੈਕਟ, ਵੀ ਡੋਂਟ ਐਕਸੈਪਟ। ਆਈ ਵਾਂਟਡ ਟੂ ਮੀਟ ਹਿਮ ਟੁਮੋਰੋ, ਬਟ ਅੱਜ ਜੋ ਰਸ਼ੀਅਨ ਪ੍ਰਾਈਮ ਮਿਨਿਸਟਰ ਆਏ ਹੋਏ ਹੈ, ਤੋ ਅਗ ਸਮ ਟਾਈਮ ਇਨ ਦ ਫਿਊਚਰ ਪੈਸੇ ਦਿੰਦੇ ਸੀ। ਹੁਣ ਅਸੀਂ ਗੋਲਡ ਮੈਡਲਿਸਟ ਫੋਰ ਜਿਹੜੇ ਫਰੋਮ ਦੀ ਓਲੰਪਿਕਸ ਨੇ, ਉਹ 2.5 ਕਰੋੜ ਦੇਵਾਂਗੇ। ਜੋ ਸਾਡੇ ਗੋਲਡ ਮੈਡਲਿਸਟ ਨੇ ਫਰੋਮ ਦੀ ਏਸ਼ੀਅਨ ਗੇਮਸ, ਇਟ ਵਿਲ ਬੀ 1 ਕਰੋੜ, ਐਂਡ 75 lakhs ਫੋਰ ਸਿਲਵਰ ਐਂਡ 50 ਫੋਰ ਬ੍ਰੋਂਜ਼। ਸੋ ਇਹ ਅਸੀਂ ਪਾਸ ਕਰ ਦਿੱਤੇ। ਅਤੇ ਆਓ ਹੁਣ ਅਕਾਲੀ ਦਲ ਦਾ ਰੁੱਖ ਵੀ ਸੁਣ ਲੈਂਦੇ ਹਾਂ। ਦੇਖੋ ਕੈਪਟਨ ਸਾਹਿਬ, ਜਿਹੜੀ ਗੱਲ ਜਾ ਰਹੇ ਹਾਂ, ਮੈਂ ਸਮਝਦਾ ਆਪਣੇ ਕੰਡੇ ਕਾਂਗਰਸ ਆਪ ਬੀਜਣ ਲੱਗੀ, ਚੁੰਗਣ ਲੱਗੀ ਆ। ਇਹ ਪੁਆੜੇ ਤਾਂ ਕਾਂਗਰਸ ਨੇ ਪਾਏ ਵੇ ਆ, ਜਿਹੜਾ ਚੰਡੀਗੜ੍ਹ ਪੰਜਾਬ ਤੋਂ ਬਾਹਰ ਰੱਖਿਆ ਗਿਆ।
ਮੈਂ ਮਹਿਸੂਸ ਕਰਦਾ ਕਿ ਅੱਜ ਦੀ ਸਰਕਾਰ ਨੂੰ ਵੀ ਇਹ ਨੋਟੀਫਿਕੇਸ਼ਨ ਨਹੀਂ ਸੀ ਜਾਰੀ ਕਰਨਾ ਚਾਹੀਦਾ, ਕਿਉਂਕਿ ਕਾਂਗਰਸ ਨੇ ਤਾਂ ਧੱਕਾ ਤੇ ਵਿਤਕਰਾ ਕੀਤਾ ਪੰਜਾਬ ਅੱਜ ਕੇਂਦਰ ਸਰਕਾਰ ਦੇ ਵਿੱਚ ਭਾਜਪਾ ਪਾਰਟੀ ਜਿਹੜੀ ਆ ਉਹਨੂੰ ਉਸ ਰਾਹ 'ਤੇ ਨਹੀਂ ਤੁਰਨਾ ਚਾਹੀਦਾ। ਔਰ ਚੰਡੀਗੜ੍ਹ ਜਿਹੜਾ ਹੈ ਟੈਂਪਰੇਰੀ ਤੌਰ 'ਤੇ ਵਕਤੀ ਤੌਰ 'ਤੇ ਇੱਕ ਯੂਟੀ ਬਣਾਇਆ ਸੀ, ਇਹ ਪੱਕੇ ਤੌਰ 'ਤੇ ਯੂਨੀਅਨ ਟੈਰੀਟਰੀ ਨਹੀਂ ਸੀ ਬਣਾਇਆ। ਇਸ ਕਰਕੇ ਜਿਹੜਾ ਰੀਔਰਗੇਨਾਈਜੇਸ਼ਨ ਐਕਟ ਆ ਉਹਦੇ ਮੁਤਾਬਕ ਉਹਦੇ ਫਾਰਮੂਲੇ ਮੁਤਾਬਕ ਜਿਹੜਾ ਹੈ ਇਹ ਪੰਜਾਬ ਦਾ ਹੀ ਹਿੱਸਾ, ਜਿੱਥੋਂ ਪੰਜਾਬ ਇਹ ਉਜੜੇ ਪੰਜਾਬ ਦੇ ਪਿੰਡ ਇਹ ਪੰਜਾਬ ਵਿੱਚ ਸੀ, ਖਾੜ ਤਹਿਸੀਲ ਦਾ ਹਿੱਸਾ ਸੀ। ਸੋ ਇਸ ਕਰਕੇ ਇਹ ਜਾਤੀ ਆ ਉਹਨਾਂ ਨੂੰ ਕੌਮਨ ਕੇਡਰ ਦੇ ਵਿੱਚ ਉੱਥੇ ਦੇ ਮੁਲਾਜ਼ਮਾਂ ਨੂੰ ਕਰਨਾ, ਜਦੋਂ ਕਿ ਤੈਅ ਹੋਇਆ ਵਾ 60-40 ਦੀ ਰੇਸ਼ੋ ਨਾਲ ਉੱਥੇ ਪੰਜਾਬ ਅਤੇ ਹਰਿਆਣੇ ਦੇ ਮੁਲਾਜ਼ਮ ਰੱਖਣੇ ਅਧਿਕਾਰੀ ਰੱਖਣੇ, ਅਤੇ ਹੁਣ ਜ਼ਿਆਦਾ ਛੇੜਛਾੜੀ ਜਾਂ ਜਾਤੀ ਕਰਨਾ, ਇਹਦੇ ਲਈ ਅਸੀਂ ਗ੍ਰਹਿ ਮੰਤਰੀ ਜੀ ਨੂੰ ਮਿਲ ਰਹੇ ਹਾਂ ਜਲਦੀ। ਗੁਰਪਿਆਰਿਓ, ਕੰਡੇ ਚਾਹੇ ਜਿਸਦੇ ਮਰਜ਼ੀ ਬੀਜੇ ਹੋਣ, ਅਕਾਲੀ ਦਲ ਦੇ ਬੀਜੇ ਹੋਣ, ਕਾਂਗਰਸ ਦੇ ਬੀਜੇ ਹੋਣ, ਪਰ ਕੰਡੇ ਚੁੱਭ ਸਿਰਫ ਅਤੇ ਸਿਰਫ ਪੰਜਾਬ ਦੀ ਆਵਾਮ ਨੂੰ ਰਹੇ ਨੇ, ਕਿਉਂਕਿ ਸਿਆਸੀ ਲੋਕ ਤਾਂ ਆਪਣੀਆਂ ਰੋਟੀਆਂ ਸੇਕ ਕੇ ਪਰਾਂ ਹੋ ਜਾਂਦੇ ਨੇ, ਪਰ ਉਹਨਾਂ ਦੀਆਂ ਖੇਡੀਆਂ ਚਾਲਾਂ ਦੇ ਵਿੱਚ ਅਗਰ ਕੋਈ ਉਲਝਦਾ ਹੈ, ਕੋਈ ਫਸਦਾ ਹੈ, ਕੋਈ ਜੂਝਦਾ ਹੈ ਤਾਂ ਉਹ ਆਮ ਨਾਗਰਿਕ, ਆਮ ਇਨਸਾਨ ਹੈ। ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਵੱਲੋਂ ਜਾਰੀ ਕੀਤੇ ਗਏ ਇਹਨਾਂ ਫਤਵਿਆਂ ਦਾ ਪੰਜਾਬ ਕੀ ਜਵਾਬ ਦਿੰਦਾ ਹੈ ਅਤੇ ਕਿੱਦਾਂ ਜਵਾਬ ਦਿੰਦਾ ਹੈ, ਕਿਉਂਕਿ ਹੁਣ ਸਮਾਂ ਆ ਗਿਆ ਕਿ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣਾ ਹੀ ਪੈਣਾ। ਕੇਂਦਰ ਹੌਲੀ ਹੌਲੀ ਕਰਕੇ ਪੰਜਾਬ ਨੂੰ ਅਪਾਹਿਜ ਤਾਂ ਪਹਿਲਾਂ ਹੀ ਕਰ ਚੁੱਕਿਆ ਹੈ, ਹੁਣ ਲਾਚਾਰ ਕਰਨ ਦੇ ਉੱਤੇ ਅਮਾਦਾ ਹੋਇਆ ਨਜ਼ਰ ਆਉਂਦਾ ਹੈ। ਤੁਸੀਂ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।